ਲੁਧਿਆਣਾ ਦੇ ਸਲੀਮ ਟਾਬਰੀ ਇਲਾਕੇ 'ਚ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਉਪ ਪ੍ਰਧਾਨ ਅਮਿਤ ਅਰੋੜਾ ਦੀ ਪ੍ਰਧਾਨਗੀ 'ਚ ਪ੍ਰੈਸ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਹਨਾਂ 23 ਫਰਵਰੀ 2016 ਨੂੰ ਹੋਏ ਕਾਤਿਲਾਨਾ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਉਹਨਾਂ ਉੱਪਰ ਦਰਜ ਕੀਤੇ ਗਏ ਕੇਸ ਤੋਂ NIA ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਹੈ। ਇਸ ਦੌਰਾਨ ਉਹਨਾਂ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੇ ਪੁਲਿਸ ਅਧਿਕਾਰੀਆਂ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਿਨ੍ਹਾਂ ਅਫਸਰਾਂ ਦੀ ਅਣਦੇਖੀ ਦੇ ਚਲਦਿਆਂ ਉਹਨਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ, ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮਾਮਲਾ 3 ਫਰਵਰੀ 2016 ਕੋ ਮੇਰੇ ਉੱਪਰ ਆਤੰਕਵਾਦੀ ਹਮਲਾ ਹੋਇਆ ਥਾ, ਉਸਕੇ ਬਾਅਦ 22 ਜੂਨ 2016 ਕੋ ਪੁਲਿਸ ਨੇ ਮੇਰੇ ਉੱਪਰ ਝੂਠਾ ਮੁਕੱਦਮਾ ਦਰਜ ਕਰ ਦਿਆ ਕਿ ਮੈਨੇ ਆਪਣੇ ਉੱਪਰ ਖੁਦ ਹਮਲਾ ਕਰਵਾਇਆ, ਮੇਰੇ ਉੱਪਰ ਸਰੀਆ ਲਗਾਇਆ, ਜਬਕਿ ਸਭੀ ਕੇ ਸਾਹਮਣੇ ਇਹ ਵਾਕਿਆ ਹੋਇਆ ਤਾਂ ਕਿ 9 MM ਗੋਲੀ ਮੇਰੇ ਲਗੀ ਹੈ, ਫਿਰ ਵੀ ਪੰਜਾਬ ਪੁਲਿਸ ਕੇ ਕੁਛ ਅਫਸਰੋਂ ਨੇ ਵਾਹਵਾ ਲੁੱਟਨੇ ਕੇ ਲੀਏ ਮੇਰੇ ਉੱਪਰ ਝੂਠਾ ਮੁਕੱਦਮਾ ਦਰਜ ਕਰਵਾਇਆ। ਆਜ ਮਾਣਯੋਗ NIA ਕੋਰਟ ਸੇ ਮੁਝੇ ਬਾਇੱਜ਼ਤ ਬਰੀ ਕੀਆ ਗਿਆ। ਮੈਂ ਬਹੁਤ ਬਹੁਤ ਧੰਨਵਾਦ ਕਰਤਾ ਹੂੰ NIA ਕੋਰਟ ਕਾ ਕਿ ਮੁਝੇ ਸਨਮਾਨ ਕੇ ਸਾਥ ਮੁਝੇ ਬਰੀ ਕੀਆ ਗਿਆ ਔਰ ਆਜ ਮੇਰੀ ਸਮਾਜ ਮੇ ਫਿਰ ਵੈਸੀ ਇੱਜ਼ਤ ਲਾਈ ਗਈ। ਮਤਲਬ ਕੁਛ ਚੰਦ ਅਫਸਰ ਪੁਲਿਸ ਕੇ ਜੋ ਟੋਟ ਆਪਣੀ ਵਾਹ ਵਾਹੀ ਲੁੱਟਣੇ ਕੇ ਲੀਏ ਹਿੰਦੂ ਸਮਾਜ ਕੋ ਆਤੰਕਵਾਦੀ ਕਾ ਰੂਪ ਦੇਣੇ ਲੇ ਥੇ, ਮਤਲਬ ਇਨਕੀ ਖਾਲਿਸਤਾਨੀ ਏਜੰਸੀਓ ਕੇ ਸਾਥ ਕਿਆ ਅਟੈਚਮੈਂਟ ਹੈ। ਪੈਸਾ ਦਿਆ ਗਿਆ ਲਗਤਾ ਇਨਕੋ ਮਾਰਨੇ ਕੇ ਲੀ ਮਰਵਾਨੇ ਕੇ ਲੀਏ, ਬਹੁਤ ਯਾਤਨਾਏ ਦੀ ਗਈ ਮੁਝੇ। 1.5 ਮਹੀਨਾ ਮੈਂ ਪੁਲਿਸ ਰਿਮਾਂਡ ਮੇ ਰਹਾ ਹੂੰ, ਜੈਸੇ ਮੈਂ ਕੋਈ ਆਤੰਕਵਾਦੀ ਹੂੰ, ਜੈਸੇ ਸਾਧਵੀ ਪ੍ਰਗਾ ਠਾਕੁਰ ਜੀ ਦੀਦੀ ਜੈਸਾ ਹਾਲ ਹੁਆ, ਵੋ ਹਾਲ ਸੇਮ ਮੇਰੇ ਜੈਸਾ ਹੁਆ। 3-3 ਦਿਨ ਮੁਝੇ ਸੋਨੇ ਨਹੀਂ ਦਿਆ ਗਿਆ, ਮਤਲਬ ਸਾਰੀ ਰਾਤ 1 ਘੰਟੇ ਬਾਅਦ ਮੇਰਾ ਰਿਮਾਂਡ ਹੋਤਾ ਥਾ, ਸਿਰਫ ਮੈਂ ਇਨਸਾਨ ਵਹੀ 1 ਘੰਟੇ ਬਾਅਦ ਅਫਸਰ ਚੇਂਜ ਹੋਤਾ ਥਾ, ਕਭੀ ਕੋਈ ਆ ਰਹਾ ਹੈ ਕਭੀ ਕੋਈ ਆ ਰਹਾ ਹੈ। ਮਤਲਬ ਕਿਆ ਹੋ ਰਹਾ ਹੈ ਇਸ ਦੁਨੀਆ ਮੇ, ਕਿਆ ਹਮਾਰੇ ਕੋ ਇਨਸਾਫ ਮਿਲੇਗਾ? ਇਹ ਬਾਤ ਮੈਂ ਮਾਨਯੋਗ DGP ਸਾਹਿਬ ਸੇ ਜ਼ਰੂਰ ਜਾਊਂਗਾ ਦਰਖਾਸਤ ਲੈ ਕੇ ਕਿ ਸਰ ਇਨਕੇ ਉੱਪਰ ਮੁਕੱਦਮਾ ਦਾਇਰ ਕੀਆ ਜਾਏ, ਕਿ ਮੈਂ ਵੀ ਇੱਕ ਗਰੀਬ ਬੰਦਾ ਹੂੰ, ਆਮ ਜਨਤਾ ਹੂੰ, ਆਮ ਜਨਤਾ ਕੇ ਸਾਥ ਹੀ ਵੈਸਾ ਹੋਣਾ ਚਾਹੀਏ। ਮਾਨਯੋਗ ਪੁਲਿਸ ਕਮਿਸ਼ਨਰ ਕੇ ਪਾਸ ਵੀ ਜਾਊਂਗਾ ਇਹ ਕੰਪਲੇਂਟ ਲੈ ਕੇ ਕਿ ਸਰ ਇਨਕੇ ਉੱਪਰ ਮੁਕੱਦਮਾ ਦਰਜ ਕਰਨਾ ਚਾਹੀਏ, ਅਗਰ ਨਹੀਂ ਹੋਗਾ ਤੋ ਅਦਾਲਤ ਕਾ ਦਰਵਾਜ਼ਾ ਖਟਕਾਊਂਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।